ਮੌਨਸੂਨ ਦੇ ਵਿੱਚ ਸਵਾ ਇਸ਼ਕ ਕਰਨਾ ਬੰਦੇ ਨੇ, ਇਸ਼ਕ ਕਰਨ ਵਾਲੀ ਫੀਲਿੰਗ ਹੀ ਨਹੀਂ ਆਉਂਦੀ। ਜਿਸ ਹਿਸਾਬ ਨਾਲ ਮੀਂਹ ਪੈ ਰਿਹਾ, ਤੁਸੀਂ ਆਪਣੀ ਸਹੇਲੀ ਨਾਲ ਉਹ ਹਿੰਦੀ ਵਾਲਾ ਸਫ਼ਰ ਤਾਂ ਨਹੀਂ ਕਰ ਸਕਦੇ, ਹਾਂ ਅੰਗਰੇਜ਼ੀ ਵਾਲਾ ਸਫ਼ਰ ਜ਼ਰੂਰ ਕਰ ਸਕਦੇ ਹੋ। ਤੁਹਾਡੇ ਪੈਰ ਅਸਮਾਨ 'ਚ ਨਹੀਂ ਹੋ ਸਕਦੇ, ਤੁਹਾਡੇ ਪੈਰ ਹੋਣਗੇ ਚਿੱਕੜ 'ਚ। ਤਾਂ ਕੁੱਲ ਮਿਲਾ ਕੇ ਗੱਲ ਕਰਾਂ, ਮੌਨਸੂਨ ਦਾ ਮਜ਼ਾ ਆਵੇ ਨਾ ਆਵੇ, ਪਰ ਇੱਕ ਚੀਜ਼ ਦਾ ਮਜ਼ਾ ਜ਼ਰੂਰ ਆਊਗਾ, ਉਹ ਹੈਗਾ ਜੀ ਸੈਕਰਡ ਗੇਮਸ 2 ਦਾ ਟ੍ਰੇਲਰ। ਉਸ ਪੇ ਲਿਖਾ ਹੈ ਕਿ ਜੰਗ ਕਾ ਵਕਤ ਆ ਗਿਆ। ਪਹਿਲੇ ਸੀਜ਼ਨ ਦੇ ਬੰਬ ਰਿਸਪੌਂਸ ਤੋਂ ਬਾਅਦ ਇਸ ਸੀਜ਼ਨ ਦਾ ਰਿਸਪੌਂਸ ਵੀ ਬੰਬ ਹੀ ਆਊਗਾ, ਇਹ ਗੱਲ ਪੱਕੀ ਆ। ਹੁਣ ਤੁਸੀਂ ਆਪਣੀ ਸਹੇਲੀ ਦਾ ਨਹੀਂ, ਗਣੇਸ਼ ਗਾਇਤੋਂਡੇ ਸਾਹਿਬ ਦਾ ਟਾਈਮ ਚੱਕੋਗੇ। ਔਰ ਸੀਜ਼ਨ 2 ਰਿਲੀਜ਼ ਹੋ ਰਿਹਾ ਜੀ 15 ਅਗਸਤ ਯਾਨੀ ਇੰਡੀਪੈਂਡੈਂਸ ਡੇ 'ਤੇ। OTT ਪਲੇਟਫਾਰਮਸ ਦੇ ਵਿੱਚ ਇੱਕ ਨਵਾਂ ਰੈਵੋਲਿਊਸ਼ਨ ਲਿਆਉਣ ਵਾਲੀ ਇਸ ਵੈਬ ਸੀਰੀਜ਼ ਦੇ ਸੀਜ਼ਨ 2 ਦੇ ਵਿੱਚ ਐਕਸਾਈਟਮੈਂਟ ਦਾ ਲੈਵਲ ਹੋਰ ਉੱਪਰ ਹੋਊਗਾ, ਅਤੇ ਪਤਾ ਲੱਗੂਗਾ ਜਦੋਂ ਸਰਤਾਜ ਸਿੰਘ ਸਾਹਿਬ ਦਾ ਗੋਡਮੈਨ ਗੁਰੂ ਜੀ ਨੂੰ ਫੇਸ ਕਰਨਗੇ, ਅਤੇ ਇਹ ਵੀ ਪਤਾ ਲੱਗੂਗਾ ਕਿ ਗਣੇਸ਼ ਗਾਇਤੋਂਡੇ ਦਾ ਹੋਣ ਵਾਲੇ ਨਿਊਕਲੀਅਰ ਅਟੈਕ ਵਿੱਚ ਕੀ ਕਨੈਕਸ਼ਨ ਸੀ। ਵਾਹ ਵਾਹ ਵਾਹ, ਇੰਨੇ ਜ਼ਿਆਦਾ ਸਸਪੈਂਸ ਤਾਂ ਕਿ ਛੜੇ ਬੰਦੇ ਦੀ ਜ਼ਿੰਦਗੀ 'ਚ ਨਹੀਂ ਹੁੰਦੇ ਜਿੰਨੇ ਸਸਪੈਂਸ ਇਸ ਵੈਬ ਸੀਰੀਜ਼ 'ਚ ਨੇ। ਅਤੇ ਜੇ ਮੌਨਸੂਨ ਤੁਹਾਨੂੰ ਤੁਹਾਡੇ ਮੂਨ ਨਾਲ ਨਹੀਂ ਮਿਲਣ ਦੇ ਰਿਹਾ ਨਾ, ਇੱਕ ਕੰਮ ਕਰੋ, ਸਭ ਕੁਝ ਛੱਡੋ, ਭੁੱਲ ਜਾਓ, ਅਤੇ ਵੇਟ ਕਰੋ ਸਾਰੇ ਦੇ ਸਾਰੇ ਐਪੀਸੋਡਸ ਦੀ। ਅਤੇ ਇੱਕ ਗੱਲ ਪੱਕੀ ਹੈ ਜੀ, ਆਪਣੇ ਲਾਗੇ ਨਾ ਇੱਕ ਵੈਂਟੀਲੇਟਰ ਵਾਲਾ ਬੰਦਾ ਜ਼ਰੂਰ ਰੱਖ ਲਿਓ, ਜਿਹੜਾ ਮਿੰਟ ਬਾਅਦ ਤੁਹਾਨੂੰ ਡੋਜ਼ ਦੇਈ ਜਾਵੇ, ਕਿਉਂਕਿ ਪੂਰੇ ਐਪੀਸੋਡਸ ਵੇਖ ਕੇ ਤੁਹਾਡਾ ਸਾਹ ਵੀ ਰੁਕ ਸਕਦਾ।